बिस्मिल्लाहिर्रहमानिर्रहीम, अस्सलाम वालेकुम मेरे बहन भाइयों। अल्लाह तुम्हें खुश रखे, शादो बाद रखे। इससे पहले दुआ ना आज ब्लॉग शुरू कर दिया, शुरू करने पहले छोटी जी रिक्वेस्ट कर दी ऐशिया फैमिली ब्लॉग जो इंस्क्राइब नहीं किया सबसक्राइब करो, जरा बेल आइकन का बटन जरूर प्रेस करो कि साड़ी हर वीडियो तो नोटिफिकेशन मेरे भैन भरावों तक बर वक्त पहुँचता रहे। आज की वीडियो कुछ इस तरह की भी मैं गई सी बाजार भी टेस्ट कराऊँ, तो टेस्ट करा के मैं वापस आ गई सी। ऐशा देव उन्होंने कहा कि घंटे डेढ़ बाद भी तुम ना फिर अपने टेस्ट आके तो लैके जाने हैं, क्योंकि कल भी मैं करा के आई टेस्ट, तो कल खाना खा के फिर करा के आई सी। तो फिर उन्होंने कहा सुबह तुम नहार करवाओ, नहार सुबह करा के आई हाँ। तो फिर मैं तो फिर घर आ गई सी, ऐशा देव हम टेस्ट लैके आए हैं, तो टेस्ट जोड़े आ मैं वो भी अपने भैन भरावों ने चेक करवाई, तो जो अज भी लैके आए आ बाजार गए हुए थे चीज़ा घर दियाँ लैके आए आ, खा राशन घर का लैके आए, वो भी मैं अपने भैन भरावों दिखाई हाँ। तो मेरे भैन भाई मेरे वास्ते ज़्यादा तो ज़्यादा दुआ करिए, अल्लाह पाक मैं तंदुरुस्ती दे दे, सेहत दे दे, तो जिन्हें मेरे भैन भाई बीमार अल्लाह तला सब में शिफा दे, तो किसी सदके अल्लाह तला मैंने भी तंदुरुस्ती और सेहत दे। आमीन सुमा आमीन। फड़ो फड़ो कुड़ी फड़ लो, चलो कुड़िया मुड़िया फड़ के ले जाओ अपने घर, हम ले जाओ फड़ के नौ घर अपने घर ले दिया, अपने घर चल जाओ अपने घर, अपने घर ही खड़े हैं नया फातिमा, अपने घर चल जाओ अपने घर, मुंह बंद कर, आला बंद कर, मुझे नहीं मक्खी पै जानी। ਮਰੀਆਂ ਨੂੰ ਕਿਹਾ ਮੈਂ ਕਿ ਮਰੀਆਂ ਵੀ ਦੂਸਰਾ ਆ ਕੇ ਦੰਦ ਨੂੰ ਪਕੜ ਕੇ ਲੈ ਆ, ਦੰਦ ਮੈਨੂੰ ਬਹੁਤ ਤੰਗ ਕਰੀ ਜਾਂਦੇ, ਬੈੱਡ ਤੇ ਚੜ ਕੇ ਜਾ ਕੇ ਤੇ ਮੇਰਾ ਮੂੰਹ ਲਾਹਲਾ ਮੀ ਦੇਖਦਾ ਸੀ ਵੀ ਦਾਦੀ ਨੂੰ ਕੀ ਹੋਇਆ ਵਾ, ਦਾਦੀ ਉੱਠਦੀ ਨਹੀਂ ਸੀ। ਤੇ ਫਿਰ ਮਰੀ ਮੱਕ ਲੈ ਕੇ ਗਈ ਤੇ ਹਾਂਜੀ ਟੈਸਟ ਮੇਰਾ ਜਿਹੜਾ ਆ ਗਿਆ ਵਾ, ਤੇ ਐਸੇ ਰਿਪੋਰਟ ਟੈਸਟ ਵੀ ਲੈ ਕੇ ਆਇਆ ਮੇਰਾ। ਅੱਜ ਸਵੇਰ ਦਾ ਮੈਨੂੰ ਲਾਉਗੀ ਆਪਣਾ ਨਹੀਂ ਬਣਿਆ ਹੈਗਾ ਕਿਉਂਕਿ ਤਬੀਅਤ ਠੀਕ ਨਹੀਂ ਸੀ ਹੈਗੀ, ਇਹ ਸਾਰਾ ਦਿਨ ਐਸੇ ਤਰ੍ਹਾਂ ਹੀ ਮੈਂ ਜਿਹੜੀ ਕੱਢੀ ਹੈ ਮੈਂ ਟੈਸਟ ਵੀ ਟੈਸਟ ਲੈ ਕੇ ਆਇਆ। उन्होंने क्या परहेज करो, बस हाँ शुगर वधी हुई है, हाँ जी वो ठीक है, जरकान वाले ठीक है, तो ये जो दूसरे आ शुगर वाले तेरी शुगर थोड़ी ज्यादा हैगी, कहते बिल्कुल परहेज करे बाजी, नहीं तो फिर ना आखो शुगर ज्यादा होगी तो फिर काम खराब होगा। परहेज मिठा मिठा हर शाह मिठा भी बंद कर दो, जिहड़ियां चीजा ना चावल शावल भी बंद करो। ਮਹੱਲੇਦਾਰਾਂ ਨੇ ਵੀ ਨਹੀਂ ਹੁੰਦੀ ਹੈਗੀ ਮਾਚਿਸ, ਤੇ ਅੱਗ ਜਲਾਉਣੀ ਬਹੁਤ ਔਖੀ ਹੋ ਜਾਂਦੀ ਹੈ, ਤੇ ਘਰ ਦਾ ਰਾਸ਼ਨ ਸਾਰਾ ਮੁੱਕਿਆ ਹੋਇਆ ਸੀਗਾ, ਮਾਚਿਸ ਲਾ ਕੇ ਲੈ ਕੇ ਆਇਆ ਰਾਸ਼ਨ, ਤੇ ਲੈ ਕੇ ਦਾਲ ਦਾਲ ਮੂੰਗ ਲੈ किलो किलो ले
ਮੇਰਾ ਧਿਆਨ ਪਿਆ ਮੈਂ ਪਹਿਲੇ ਇਹੀ ਚੱਕਿਆ ਪੈਕਟ ਡਿਟੋਲ ਹੀ ਲੈ ਆਉਂਦਾ ਦੂਸਰਾ ਵੀ ਇਹੋ ਭਾਅ ਸੀ ਡਿਟੋਲ ਵੀ ਠੀਕ ਹੈ ਮੈਂ ਕਿਹਾ ਡਿਟੋਲ ਹੀ ਲੈ ਜਾਂਦੇ ਫਿਰ ਸਾਰੇ ਇਹ ਇਸਤੇਮਾਲ ਕਰਨਾ ਆਪਣੀ ਆਪਣੀ ਗਾਚੀ ਲੈ ਲੈਣਾ ਇਹ ਇਸਤੇਮਾਲ ਸਰਦੀ ਤੋਂ ਪਹਿਲੇ ਪਹਿਲੇ ਜ਼ਿਆਦਾ ਪਰਹੇਜ਼ ਕਰ ਦੋ ਜਿਹੜਾ ਸਾਬਣ ਲੈ ਕੇ ਆਇਆ ਇਹ ਇਸਤੇਮਾਲ ਕਰਾਂਗੇ ਤੇ ਇਹ ਲੈ ਕੇ ਆਇਆ ਪੱਤੀ ਦਾ ਪੁੜਾ ਪੱਕੀ ਪੱਕੀ ਹਾਂਜੀ ਲਾਖ ਅੰਦਾਜ਼ਾ ਕਿੰਨੇ ਦਾ ਆਇਆ ਕੋਈ ਸੌਦਾ ਇਹਨਾਂ ਨਹੀਂ ਸਮਝ ਆ ਗਈ ਚਲੋ ਤੁਹਾਨੂੰ ਹੁਣੇ ਦੱਸ ਦਿੰਦੇ ਫਿਰ ਕਿੰਨੇ ਦਾ ਆਇਆ ਇਹ ਤੇ ਕੋਈ ਭੈਣ ਭਰਾ ਉਹਨੇ ਸ਼ੇਅਰ ਕਰ ਹਾਂਜੀ ਇਹ ਲੈ ਕੇ ਮਾਸਾ ਮੰਡਲ ਇੱਕ ਮਾਸੀ ਦੀ ਗੱਲ ਕੀਤੀ ਸੀ ਨਾ ਪਹਿਲੇ ਮੈਂ ਕਿ ਇਹ ਜ਼ਰੂਰੀ ਹੁੰਦੀ ਜੇ ਇਸ ਤਰ੍ਹਾਂ ਕਿ ਸਾਡੇ ਘਰ ਗੈਸ ਆ ਇੱਥੇ ਕਈ ਗੈਸ ਜਾਂ ਚੁੱਲ੍ਹੇ ਵੀ ਗੈਸ ਦੇ ਨਾਲ ਜਲਦੇ ਆ ਤੇ ਇਹ ਹੈਗੀ ਆ ਕਿ ਇਹਦੀ ਕਿਟੀ 5 ਕਿਲੋ ਦੀ ਹਾਂਜੀ 5 ਕਿਲੋ ਲੈ ਕੇ 5 ਕਿਲੋ ਕੀ ਲੈ ਕੇ ਆਏ ਡਾਲਡਾ ਹਾਂਜੀ ਬਾਜ 5 ਕਿਲੋ ਗਲ ਡਾਲਡਾ ਦੀ ਢੇਰੀ ਬੈਠੀ ਹੈ ਜੇ ਜ਼ਰੂਰਤ ਪੈਂਦੀ ਹੈ ਹਰ ਚੀਜ਼ ਮੇਰੇ ਭੈਣ ਭਾਈਓ ਜਿਹੜੇ ਸੌਦਾ ਮੁੱਕ ਜਾਵੇ ਹਲੇ ਇੰਨਾ ਕੁ ਥੋੜਾ ਜਿਹਾ ਸੌਦਾ ਇੱਕ ਬਿੱਟ ਜੀ ਦੀ ਆ ਇੰਨਾ ਕੁ ਸੌਦਾ ਵਾਸਤ ਹੁਣ ਐਸਾ ਦੇ ਬੁਤਨ ਦੱਸਣਗੇ ਕਿੰਨੀ ਮਹਿੰਗਾਈ ਹੋਈ ਹੋਈ ਹੈ ਇਹ 200-7000 ਰੁਪਏ ਦੇ 200-7000 ਰੁਪਏ ਹਾਂਜੀ ਅਬ ਦੇਖ ਲੈ ਇੰਨਾ ਕੁ ਸੌਦਾ ਵਾ ਬਹੁਤੀ ਤਿੰਨ ਟਾਈਮ ਦੀ ਖਾ ਕੇ ਸੋਈ ਸ਼ੁਕਰ ਆ ਉਸ ਮਾਲਕ ਦਾ ਮੇਰੇ ਭੈਣ ਭਾਈ ਜਿਹੜੇ ਇੱਕ ਵਕਤ ਦੇ ਖਾਣੇ ਤੋਂ ਵੀ ਤਰਸਦੇ ਆ ਮੇਰੇ ਮਾਲਕ ਉਹਨਾਂ ਨੂੰ ਵੀ ਜਿਹੜਾ ਉਹਨਾਂ ਦਾ ਰੋਜ਼ ਰਿਜ਼ਕ ਜਿਹੜਾ ਨਸੀਬ ਦਾ ਵਾ ਉਹਨਾਂ ਨੂੰ ਵੀ ਅਤਾ ਕਰ ਆਮੀਨ ਸੁਮਾ ਆਮੀਨ ਸਭ ਨੂੰ ਰੋਜ਼ ਰਿਜ਼ਕ ਦਾ ਜਿਹੜਾ ਵਸੀਲਾ ਵਾ ਇਹ ਜ਼ਰੂਰ ਦੇ ਅਤੇ ਅੱਛਾ ਜੀ ਇਹ ਸੀ ਅੱਜ ਦੀ ਛੋਟੀ ਜਿਹੀ ਸਾਡੀ ਵੀਡੀਓ ਅਤੇ ਭਰਾਵਾਂ ਮੈਂ ਆਪਣੇ ਨਾਲ ਸ਼ੇਅਰ ਕੀਤੀ ਆ ਅਤੇ ਜੇ ਮੇਰੇ ਭੈਣ ਭਾਈਆਂ ਨੂੰ ਪਸੰਦ ਆਈ ਹੋਵੇ ਲਾਈਕ ਕਰੀਓ ਸ਼ੇਅਰ ਕਰੀਓ ਕਮੈਂਟ ਸਾਨੂੰ ਜ਼ਰੂਰ ਦੱਸੀ ਆਪਣੀਆਂ ਦੁਆਵਾਂ ਸਾਨੂੰ ਬੋਇਆ ਯਾਦ ਰੱਖੀਓ ਅਸੀਂ ਵੀ ਆਪਣੇ ਭੈਣ ਭਰਾਵਾਂ ਨੂੰ ਹਰ ਟਾਈਮ ਯਾਦ ਰੱਖਦੇ ਹਾਂ ਅੱਲਾ ਪਾਕ ਮੇਰੇ ਭੈਣ ਭਰਾਵਾਂ ਨੂੰ ਤੰਦਰੁਸਤੀ ਦੇਵੇ ਸਿਹਤ ਦੇਵੇ ਗੁਵਾਰਾਂ ਨੂੰ ਸ਼ਿਫਾ ਦੇਵੇ ਜਿਹੜੇ ਕੋ ਬੇਰੋਜ਼ਗਾਰ ਆ ਅਲੱਗ ਅਲੱਗ ਰੋਜ਼ ਦਾ ਵਸੀਲਾ ਦੇਵੇ ਜਿਹੜੇ ਕੋ ਔਲਾਦ ਹਰ ਤਲਬ ਨਹੀਂ ਕੋਈ ਸਾਲੀ ਔਲਾਦ ਦੇਵੇ ਜਿਹੜੇ ਕੋ ਬੇਘਰ ਵਾਲਾ ਤਲਬ ਬੈਠਣ ਦੀ ਆਪਣੀ ਛੱਤ ਦੇਵੇ ਜਿਹੜਾ ਕੋ ਬੇਰੋਜ਼ਗਾਰ ਆ ਅਲੱਗ ਅਲੱਗ ਰੋਜ਼ ਦਾ ਵਸੀਲਾ ਦੇਵੇ ਅਤੇ ਰਿਜ਼ਕੇ ਹਲਾਲ ਦੇਵੇ ਆਮੀਨ ਸੁਮਾ ਆਮੀਨ ਜਾਂ ਰੱਬ ਆਲਮੀਨ ਅਤੇ ਜਿੰਨੀ ਮੇਰੀ ਯੂਟਿਊਬ ਫੈਮਿਲੀ ਆ ਅੱਲਾ ਪਾਕ ਸਭ ਨੂੰ ਤੰਦਰੁਸਤੀ ਔਰ ਸਿਹਤ ਦੇ ਮੇਰੇ ਭੈਣ ਭਾਈ ਮੇਰੇ ਵਾਸਤੇ ਵੀ ਜ਼ਿਆਦਾ ਤੋਂ ਜ਼ਿਆਦਾ ਦੁਆ ਕਰੀਏ ਮਨ ਨੂੰ ਵੀ ਅੱਲਾ ਤਾਲਾ ਤੰਦਰੁਸਤੀ ਸਿਹਤ ਦੇ ਦੇਵੇ ਕਿਉਂਕਿ ਮੈਂ ਇਹਦਾ ਹੁਣ ਤੋਂ ਪਰਹੇਜ਼ ਕਰ ਜੂੰਗੀ ਅਤੇ ਮੈਂ ਅੱਛੀ ਰਹਿ ਜੂੰਗੀ ਅਤੇ ਇਨਸ਼ਾਅੱਲਾ ਪਰਹੇਜ਼ ਲਾਜ਼ਮਨ ਇਹਦਾ ਕਰੂੰਗੀ ਕਿਉਂਕਿ ਮੈਨੂੰ ਤਕਲੀਫ ਜਿੰਨੀ ਹੁਣ ਹੈਗੀ ਹੈ ਨਾ ਉਹ ਜ਼ਖਮ ਜਿਹੜੇ ਨਿਊ ਛੱਡਣ ਡੇ ਹੈਗੇ ਅਤੇ ਮੈਨੂੰ ਬਹੁਤ ਜ਼ਿਆਦਾ ਤਕਲੀਫ ਆ ਉਹਨਾਂ ਦੀ ਇਨਸ਼ਾਅੱਲਾ ਪਰਹੇਜ਼ ਕਰੂੰਗੀ ਅਤੇ ਅੱਲਾ ਤਾਲਾ ਮੈਨੂੰ ਜ਼ਰੂਰ ਸ਼ਿਫਾ ਦਊਗੀ ਅਤੇ ਫਿਰ ਮਿਲਾਂਗੇ ਨੈਕਸਟ ਵੀਡੀਓ ਵਿੱਚ ਤਦ ਇਜਾਜ਼ਤ ਅੱਲਾ ਹਾਫਿਜ਼ ਅੱਲਾ ਹਾਫਿਜ਼।